ਪਿਛਲੇ ਸਾਲ ਨਾਲੋਂ ਜ਼ਿਆਦਾ ਪਾਣੀ ਆ ਇੱਥੇ, ਪਿਛਲੇ ਸਾਲ ਨਾਲੋਂ ਜ਼ਿਆਦਾ ਪਾਣੀ ਆ ਇਸ ਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੋਦਾਵਰੀ ਨਦੀ ਦਾ ਵਹਾਅ ਪਿਛਲੀ ਵਾਰੀ ਪਾਣੀ ਆਇਆ ਸੀਗਾ, ਕੁੰਡ ਦੇ ਬਰਾਬਰ ਬਰਾਬਰ ਚਿਦਾਗਰ ਕੁੰਡ ਹੈਗਾ, ਜਿੱਥੇ ਸਵੇਰੇ ਤੱਕ ਸਤਖੰਡ ਸਾਹਿਬ ਇਸ਼ਨਾਨ ਲਈ ਜਲ ਇੱਥੋਂ ਲੈ ਕੇ ਜਾਇਆ ਜਾਂਦਾ ਹੈ, ਅਤੇ ਇਹ ਵੀ ਪਾਣੀ ਇਹਦੇ ਅੰਦਰ ਪਾਣੀ ਛਕਾ ਗਿਆ ਹੈ। ਅਤੇ ਗੋਦਾਵਰੀ ਨਦੀ ਦਾ ਬਹਾਓ ਹੈ, ਕਿੰਨਾ ਤੇਜ਼ ਪਾਣੀ ਹੈ। ਜਿਹੜਾ ਸਾਹਮਣੇ ਪੁਲ ਹੈਗਾ ਜੀ, ਇਹ ਨਵਾਂ ਪੁਲ ਬਣਿਆ ਸੀਗਾ ਜੀ, ਇਸ ਤੋਂ ਬਾਅਦ ਇੱਕ ਪੁਲ ਹੋਰ ਹੈ, ਉਹਨੂੰ ਨੌ ਘਾਟ ਪੁਲ ਕਹਿੰਦੇ ਹਾਂ। ਉਸ ਪੁਲ 'ਤੇ ਬਿਲਕੁਲ ਬਰਾਬਰ ਬਰਾਬਰ ਪਾਣੀ ਚੱਲ ਰਿਹਾ ਹੈਗਾ, ਅਤੇ ਬਹੁਤ ਸਾਰੀ ਸੰਗਤ ਆ ਜਿਹੜੀ ਗੋਦਾਵਰੀ ਦੇ ਦਰਸ਼ਨ ਕਰਨ ਲਈ ਆਏ ਗਏ। ਕਿੰਨਾ ਕੁ ਪਾਣੀ ਹੈਗਾ, ਪਿਛਲੇ ਦੋ ਦਿਨ ਤੋਂ ਲਗਾਤਾਰ ਬਰਸਾਤ ਹੋ ਰਹੀ ਸੀਗੀ, ਕੱਲ੍ਹ ਦਿਨ ਜ਼ਰਾ ਹਲਕਾ ਜਿਹਾ ਪਾਣੀ ਸੀਗਾ, ਅਤੇ ਪਿਛਲੀ ਰਾਤ ਪੂਰੀ ਬਰਸਾਤ ਹੁੰਦੀ ਸੀ, ਅਤੇ ਸਵੇਰ ਦਾ ਟਾਈਮ ਵੀ ਮੀਂਹ ਵਰਸਦਾ ਗਿਆ। ਆਸਮਾਨ ਦਾ ਕੁਦਰਤੀ ਨਜ਼ਾਰਾ। ਹਰਪ੍ਰੀਤ ਜੀ ਚੜ੍ਹਦੀ ਕਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਜਿੱਦਾਂ ਡੈਮ ਦੇ ਵਿੱਚ ਪਾਣੀ ਭਰਦਾ ਜਾ ਰਿਹਾ, ਉੱਦਾਂ ਉਸ ਹਿਸਾਬ ਨਾਲ ਉਹ ਡੈਮ ਦੀ ਸੇਫਟੀ ਦੇ ਹਿਸਾਬ ਨਾਲ ਪਾਣੀ ਰਿਲੀਜ਼ ਕਰ ਰਹੇ।
ਆ ਉੱਪਰ ਚਿੱਟੀ ਬਿਲਡਿੰਗ ਹੈਗਾ, ਵਾਈਟ ਬਿਲਡਿੰਗ ਹੈਗੀ, ਇਹ ਸੰਤ ਬਾਬਾ ਨਿਧਾਨ ਸਿੰਘ ਗੈਲਰੀ ਕੰਪਲੈਕਸ ਹੈਗਾ ਜੀ। ਅਤੇ ਇਸ ਬਿਲਡਿੰਗ ਦੇ ਵਿੱਚ ਜਿਹੜੇ ਜਿਨ੍ਹਾਂ ਕੋਲ ਹੁਣ ਗੋਦਾਵਰੀ ਦੇ ਆਲੇ ਪਾਸੇ ਕਮਰੇ ਹੈਗੇ, ਉਹਦੇ ਦਾ ਵਿਊ ਦੇਖਣ ਵਾਲਾ ਹੋਏਗਾ ਜੀ। ਦੂਰ ਤੱਕ ਪਾਣੀ ਹੀ ਪਾਣੀ ਪਾਣੀ ਹੀ ਪਾਣੀ ਹੈਗਾ ਜੀ। ਪਾਣੀ ਦਾ ਬਹਾਅ ਕਿੰਨਾ ਤੇਜ਼ ਹੈਗਾ ਜੀ, ਪੈਰ ਸਲਿਪ ਹੁੰਦੇ ਆ ਕਿਉਂਕਿ ਸਿਲਟ ਜੰਮ ਜਾਂਦੀ ਇਹਨਾਂ ਥੱਲੇ ਪੱਥਰ ਲੱਗਾ। ਡਬਲ ਕੰਮ ਹੋ ਰਿਹਾ, ਬੰਦੇ ਆਪਣੇ ਰਾਤ ਦੇ ਖਾਣੇ ਦਾ ਬੰਦੋਬਸਤ ਵੀ ਕਰਦੇ। ਪਿਛਲੀ ਵਾਰੀ ਪਾਣੀ ਘੱਟ ਸੀਗਾ, ਇਸ ਨਾਲ ਅੰਦਰ ਪਾਣੀ ਨਹੀਂ ਗਿਆ ਇੰਨਾ, ਐਸੀ ਪਾਣੀ ਹੈ ਜੀ। ਆ ਛੋਟੀ ਜਿਹੀ ਬੱਚੀ ਵੀ ਹੈ, ਇਹ ਵੀ ਗੋਦਾਵਰੀ ਨਦੀ ਦਾ ਪਾਣੀ ਵੇਖਣਾ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆ ਪਿਛਲੇ ਸਾਲ ਨਾਲੋਂ ਜ਼ਿਆਦਾ ਪਾਣੀ ਆ। ਹਾਂਜੀ ਹਾਂਜੀ ਪਾਣੀ ਆਓ ਨਾ ਜੀ, ਰਾਤ ਨੂੰ ਪਾਣੀ ਜ਼ਿਆਦਾ ਛੱਡ ਦੇਣਾ। ਹਰਦੇਵ ਜੀ ਇਹ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਹੈਗਾ, ਗੋਦਾਵਰੀ ਨਦੀ ਹੈ ਇਹ, ਅਤੇ ਇਸ ਨੂੰ ਦੱਖਣ ਦੇ ਗੰਗਾ ਵੀ ਕਹਿੰਦੇ ਆ ਜੀ।
ਇੱਥੇ ਗੁਰਦੁਆਰਾ ਨਗੀਨਾ ਘਾਟ ਹੈ ਜੀ। ਆ ਬਹੁਤ ਸਾਰੀ ਸੰਗਤ ਬੈਠੀ ਹੈ, ਗੰਗਾ ਗੋਦਾਵਰੀ ਦਾ ਦਰਸ਼ਨ ਕਰਦੇ। ਵਾਹਿਗੁਰੂ ਜੀ ਕਾ